ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਆਪਾਂ ਗੱਲਬਾਤ ਕਰਨੀ ਹੈ ਜਿਹੜੀ ਕਣਕ ਦੀ ਕਿਸਮ ਹੈ ਸਵਾਰ ਸਭ ਤੋਂ ਵੱਧ ਰਕਬੇ ਦੇ ਵਿੱਚ ਲੱਗਣ ਜਾ ਰਹੀ ਹੈ ਕਿਸਾਨ ਮੇਲਿਆਂ ਦੌਰਾਨ ਪਿਛਲੇ ਸਾਲ ਵੀ ਤੇ ਇਸ ਸਾਲ ਉਸ ਤੋਂ ਵੀ ਵੱਧ ਕਿਸਾਨਾਂ ਨੇ ਉਤਸ਼ਾਹ ਦਿਖਾਇਆ ਵੱਧ ਤੋਂ ਵੱਧ ਇਸ ਕਿਸਮ ਦਾ ਬੀਜ ਖਰੀਦਿਆ ਤੇ ਵੱਡੇ ਪੱਧਰ ਤੇ ਇੱਕ ਇਸਮ ਲੱਗਣ ਜਾ ਰਹੀ ਕਿਉਂਕਿ ਪੀਬੀਡਬਲਯੂ 826 ਹੈ ਜਿਹੜੀ ਇਹਨੇ ਜਦੋਂ ਪਹਿਲਾਂ 3 ਸਾਲ ਅਡੈਪਟਿਵ ਟਰਾਇਲ ਲਏਗੇ 2019 ਤੋਂ ਲੈ ਕੇ ਐਚਡੀ 3086 ਐਚਡੀ 2967 ਡੀਬੀਡਬਲਯੂ 187 ਡੀਬੀਡਬਲਯੂ 222 ਪੀਬੀਡਬਲਯੂ 766 ਇਨ੍ਹਾਂ ਕਿਸਮਾਂ ਦੇ ਨਾਲ ਇਨ੍ਹਾਂ ਦੇ ਬਰਾਬਰ ਤੁਲਨਾਤਮਕ ਟਰਾਇਲ ਲਗਾਏ ਗਏ ਸੀ ਤੇ ਸਾਰੀਆਂ ਕਿਸਮਾਂ ਤੋਂ ਉੱਤਮ ਕਿਸਮ ਇਹ ਨਿਕਲ ਕੇ ਸਾਹਮਣੇ ਆਈ ਸੀ। ਉਦੋਂ ਬਾਅਦ ਇਹ ਕਿਸਾਨਾਂ ਨੂੰ ਕਾਸ਼ਤ ਵਾਸਤੇ ਦਿੱਤੀ ਗਈ ਤੇ ਪਹਿਲੇ ਸਾਲ ਇਹਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਤੇ ਕਿਸਾਨ ਵੀਰਾਂ ਦੇ ਵਿੱਚ ਹਰਮਨ ਪਿਆਰੀ ਹੋ ਗਈ ਤੇ ਇਸ ਸਾਲ ਵੀ ਇਹਦੇ ਹੇਠ ਜਿਹੜਾ ਬਹੁਤ ਵੱਡੇ ਪੱਧਰ ਤੇ ਰੱਖਵਾ ਜਿਹੜਾ ਬੀਜਿਆ ਜਾ ਜਾ ਰਿਹਾ ਹੈ ਪੀਬੀਡਬਲਯੂ 826 ਅੰਦਰ। ਉਹਦੇ ਵਿੱਚ ਇੱਕ ਖਾਸ ਨੁਕਤਾ ਤੁਹਾਡੇ ਨਾਲ ਜਿਹੜਾ ਹੈਗਾ ਸਾਂਝਾ ਕਰਨਾ ਕਿ ਆਪਾਂ ਕੀ ਗਲਤੀ ਪਿਛਲੇ ਸਾਲ ਕਈ ਕਿਸਾਨ ਵੀਰਾਂ ਤੋਂ ਇਹ ਗਲਤੀ ਹੋਈ ਜਿਹਦੇ ਕਾਰਨ ਕਈ ਕਿਸਾਨ ਵੀਰਾਂ ਨੂੰ ਥੋੜੀ ਨਿਰਾਸ਼ਤਾ ਮਿਲੀ ਕਈ ਕਿਸਾਨ ਵੀਰਾਂ ਨੇ ਕਿਹਾ ਕਿ ਇਹ ਕਿਸਮ ਵਧੀਆ ਨਹੀਂ ਹੈ ਪਰ ਉੱਥੇ ਕਈ ਵਾਰ ਦੇਖੋ ਕਿਸਾਨ ਵੀਰੋ ਜਿਹੜੀ ਕਿਸਮ ਜੇ ਆਪਾਂ ਮਾੜੀ ਕਹਿ ਦਈਏ ਤਾਂ ਉਹ ਤਾਂ ਹੁੰਦਾ ਕਿ ਜੇ ਸਾਰੇ ਕਿਤੇ ਹੀ ਉਹ ਵਧੀਆ ਪਰਫਾਰਮ ਨਾ ਕਰੇ ਅਡੈਪਟਿਵ ਟ੍ਰੈਇਲਾਂ ਤੋਂ ਲੈ ਕੇ ਹੁਣ ਤੱਕ ਜਿੱਥੇ ਵੀ ਇਹਦੀ ਸਹੀ ਤਰੀਕੇ ਅ ਬੀਜ ਦੀ ਮਾਤਰਾ ਤੋਂ ਲੈ ਕੇ ਬਿਜਾਈ ਦੇ ਸਮੇਂ ਤੋਂ ਲੈ ਕੇ ਜਿਹੜਾ ਕਿ ਸਭ ਤੋਂ ਜ਼ਰੂਰੀ ਹੈ ਬੀਜ ਸੋਤ ਤੋਂ ਲੈ ਕੇ ਸੰਤੁਲਿਤ ਖਾਦ ਪ੍ਰਬੰਧ ਤੋਂ ਲੈ ਕੇ ਨਦੀਨ ਪ੍ਰਬੰਧ ਤੋਂ ਲੈ ਕੇ ਜਿਹੜੇ ਜਿਹੜੇ ਵੀ ਨੁਕਤੇ ਤਕਨੀਕੀ ਨੁਕਤੇ ਜ਼ਰੂਰੀ ਹੈ ਜਿਓ ਆਪਾਂ ਅਪਣਾਉਣੇ ਆ ਤਾਂ ਇਹ ਕਿਸਮ ਦੀ ਝਾੜ ਦੇਣ ਦੀ ਸਮਰੱਥਾ 30 ਤੋਂ 32 ਕੁੰਟਲ ਪ੍ਰਤੀ ਏਕੜ ਹੈ ਔਸਤ ਝਾੜ 24 ਕੁੰਟਲ ਪਿਛਲੇ ਸਾਲ ਜਿਹੜੇ ਜਿਹੜੇ ਕਿਸਾਨ ਵੀਰਾਂ ਨੇ ਬੀਜੀ ਆ ਤੁਸੀਂ ਆਪ ਦਾ ਤਜਰਬਾ ਥੱਲੇ ਲਿਖ ਕੇ ਸਾਂਝਾ ਕਰ ਸਕਦੇ ਤਾਂ ਕਿ ਹੋਰ ਕਿਸਾਨ ਵੀਰਾਂ ਨੂੰ ਜਾਣਕਾਰੀ ਮਿਲੇ ਤੇ ਉਹ ਕਿਸੇ ਕਿਸਮ ਦੀਆਂ ਵੀ ਪ੍ਰਾਈਵੇਟ ਕਿਸਮਾਂ ਦੇ ਚੱਕਰ ਦੇ ਵਿੱਚ ਨਾ ਪੈਣ ਜਿਹੜੀਆਂ ਕਿ ਨਵੀਆਂ-ਨਵੀਆਂ ਕੋਈ ਮਸ਼ਹੂਰੀਆਂ ਆਉਂਦੀਆਂ ਨੇ ਨਵੀਆਂ ਕਿਸਮਾਂ ਦੀਆਂ ਮਸ਼ਹੂਰੀਆਂ ਪ੍ਰਾਈਵੇਟ ਕਿਸਮਾਂ ਦੀਆਂ ਮਸ਼ਹੂਰੀਆਂ ਆਉਂਦੀਆਂ ਮੇਰੀ ਬੇਨਤੀ ਇਹ ਹੁੰਦੀ ਹੈ ਕਿ ਜਿਹੜੀਆਂ ਵੀ ਪੀਏਯੂ ਲੁਧਿਆਣਾ ਵੱਲੋਂ ਆਈਆਈਡਬਲਯੂਬੀਆਰ ਕਰਨਾਲ ਵੱਲੋਂ ਸਰਕਾਰੀ ਸੰਸਥਾਵਾਂ ਵੱਲੋਂ ਕਿਸਮਾਂ ਦਿੱਤੀਆਂ ਜਾ ਰਹੀਆਂ ਉਹਨਾਂ ਕਿਸਮਾਂ ਦੀ ਹੀ ਵੱਧ ਤੋਂ ਵੱਧ ਕਿਸਾਨ ਵੀ ਰਕਾਸ਼ਤ ਕਰਨ ਉਹ ਦੇਖੀਆਂ ਪਰਖੀਆਂ ਤੇ ਸਾਇੰਸ ਦਾ ਨਵਲੋਂ ਵਿਗਿਆਨਕਾਂ ਵੱਲੋਂ ਵੱਖ-ਵੱਖ ਅਡੈਪਟੋਪ ਟ੍ਰਾਇਲ ਲਾਉਣ ਤੋਂ ਬਾਅਦ ਕਿਸਾਨਾਂ ਦੀ ਸੇਵਾ ਦੇ ਵਿੱਚ ਹਾਜ਼ਰ ਕੀਤੀਆਂ ਜਾਂਦੀਆਂ ਇਹ ਜਿਹੜੀ ਕਿਸਮ ਹੈ ਪੀਬੀਡਬਲਯੂ 826 ਦੂਸਰੀਆਂ ਜਿਹੜੀਆਂ ਆਮ ਪ੍ਰਚਲਿਤ ਕਿਸਮਾਂ ਨੇ ਚਾਹੇ ਉਹ ਡੀਬੀਡਬਲਯੂ ਕਿਸਮਾਂ ਨੇ ਜਾਂ ਐਚਡੀ 3082967 ਜਾਂ ਪੀਬੀਡਬਲਯੂ ਕਿਸਮਾਂ ਨੇ ਉਹਨਾਂ ਨਾਲੋਂ 7-8 ਦਿਨ 9 ਦਿਨ ਤੱਕ ਘੱਟ ਲੈਂਦੀ ਹੈ 148 ਦਿਨ ਚ ਪੱਕ ਕੇ ਤਿਆਰ ਹੋ ਜਾਂਦੀ ਹੈ 100 ਸੈਂਟੀਮੀਟਰ ਇਹਦਾ ਕੱਦ ਹੈ ਈੜੀ ਕੁੰਗੀ ਪੂਰੀ ਕੁੰਗੀ ਜਾਂ ਹੋਰ ਬਿਮਾਰੀਆਂ ਜਿਹੜੀਆਂ ਕਣਕਾਂ ਦੇ ਵਿੱਚ ਆਮ ਆਉਂਦੀਆਂ ਪਹਿਲੀਆਂ ਕਿਸਮਾਂ ਦੇ ਵਿੱਚ ਉਹਨਾਂ ਪ੍ਰਤੀ ਇਹਦੇ ਵਿੱਚ ਬਹੁਤ ਵਧੀਆ ਸਹਿਣ ਸ਼ਕਤੀ ਹੈਗੀ ਹੈ ਉੱਚ ਤਾਪਮਾਨ ਪ੍ਰਤੀ ਵੀ ਸਹਿਣ ਸ਼ਕਤੀ ਹੈਗੀ ਹੈ ਚੰਗਾ ਝਾੜ ਆਉਣ ਕਰਕੇ ਹੀ ਕਿਸਾਨ ਵੀਰਾਂ ਨੇ ਜਿਹੜੀ ਇਹਦੇ ਵਿੱਚ ਦਿਲਚਸਪੀ ਇਸ ਵਾਰ ਦਿਖਾਈ ਹੈ ਪਰ ਇੱਕ ਖਾਸ ਨੁਕਤਾ ਇਹ ਗੱਲ ਦਾ ਧਿਆਨ ਰੱਖਣਾ ਕਿਸਾਨ ਵੀਰੋ ਕਿ ਇਹਨੂੰ ਭੁੱਲ ਕੇ ਵੀ ਤੁਸੀਂ ਭੁੱਲ ਕੇ ਵੀ ਤੁਸੀਂ 20 ਅਕਤੂਬਰ 22 ਅਕਤੂਬਰ 25 ਅਕਤੂਬਰ 27 ਅਕਤੂਬਰ ਨੂੰ ਨਹੀਂ ਬੀਜਣਾ ਅਕਤੂਬਰ ਚ ਇਹਨੂੰ ਨਹੀਂ ਬੀਜਣਾ ਹੈ ਇਹਨੂੰ ਬੀਜਣ ਦਾ ਇਸ ਵਾਰ ਦਾ ਜਿਹੜਾ ਤਾਪਮਾਨ ਦੀ ਮੈਂ ਦੇਖੀ ਫੋਰਕਾਸਟ ਦੇਖੀ ਆ ਤਾਪਮਾਨ ਦੇ ਅਨੁਸਾਰ ਇਹਦੀ ਬਜਾਈ ਇਸ ਵਾਰ ਤੁਸੀਂ ਕੋਸ਼ਿਸ਼ ਕਰਨੀ ਹੈ 1 ਤੋਂ 15 ਨਵੰਬਰ ਸਹੀ ਸਮਾਂ 1 ਤੋਂ 20 ਨਵੰਬਰ ਦਾ ਸਹੀ ਸਮਾਂ ਉਹਦੇ ਵਿੱਚ ਜਿਹੜਾ ਬੈਸਟ ਟਾਈਮ ਆ ਉਹ 5 ਤੋਂ 15 18 ਨਵੰਬਰ 20 ਨਵੰਬਰ ਤਾਈਂ ਬਣਦਾ ਹੈ ਇਸ ਸਮੇਂ ਦੌਰਾਨ 25 ਨਵੰਬਰ ਤਾਈਂ ਵੀ ਤੁਸੀਂ ਬੀਜ ਲਿਓ ਪਰ 1 ਨਵੰਬਰ ਤੋਂ ਪਹਿਲਾਂ ਜਾਂ ਕੋਸ਼ਿਸ਼ ਕਰੋ ਜੇ ਤੁਸੀਂ 1 ਨਵੰਬਰ ਤੋਂ 5 ਨਵੰਬਰ ਵਾਲਾ ਵੀ ਜੇ ਟਾਈਮ ਕੱਢਦੇ ਹੋ ਨਾ 5 ਨਵੰਬਰ ਤੋਂ ਲੈ ਕੇ 15 20 25 ਤਾਈਂ ਬੀਜ ਲਓ ਬੈਸਟ ਪਰਫਾਰਮੈਂਸ ਦੇਊਗੀ ਇਹ ਆਪਾਂ ਕਿਸੇ ਵੀ ਹਾਲਤ ਦੇ ਵਿੱਚ ਅਗੇਤੀ ਬਜਾੰਦਣੀ ਇਹਦੇ ਵਿੱਚ ਕਰਨੀ ਜੇ ਆਪਾਂ ਚੰਗਾ ਇਹਦਾ ਝਾੜ 28 ਕੁਇੰਟਲ ਤਾਈਂ 29 ਕੁਇੰਟਲ ਤਾਈਂ ਚਾਹੁੰਦੇ ਆ 40 ਕਿਲੋ ਬੀਜ ਬੀਜ ਦੀ ਸੋਧ ਬਾਰੇ ਮੈਂ ਪਹਿਲਾਂ ਵੀਡੀਓ ਇਹਦੋਂ ਪਾ ਚੁੱਕਿਆ ਹਾਂ ਖਾਦ ਪ੍ਰਬੰਧ ਬਾਰੇ ਵੀ ਜਾਣਕਾਰੀਆਂ ਸਾਂਝੀਆਂ ਕਰ ਦੂੰਗਾ ਬਜਾਈ ਟਾਈਮ ਕੋਸ਼ਿਸ਼ ਕਰਨੀ ਆ ਕਿ ਆਪਾਂ ਸਿੰਗਲ ਸੁਪਰ ਫਾਸਫੇਟ ਪੋਟਾਸ਼ ਨਾਈਟ੍ਰੋਜਨ ਦਾ ਕੰਬੀਨੇਸ਼ਨ ਪਾਈਏ ਜਿਸ ਨਾਲ ਜ਼ਮੀਨ ਤੇ ਵੀ ਸਟ੍ਰੈਸ ਨਾ ਹੋਵੇ ਉਹਦੀ ਕੰਡੀਸ਼ਨਿੰਗ ਵੀ ਹੋਵੇ ਤੇ ਫਸਲ ਦਾ ਵੀ ਝਾੜ ਸ਼ਾਨਦਾਰ ਰਹੇ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਖੁਸ਼ ਰੱਖੋ ਸ਼ਾਰ